ਅੱਜ ਕੋਈ ਨਵੀਂ ਚੀਜ਼ ਹੀ ਬਣਨ ਲੱਗੀ, ਸਾਰੀਆਂ ਦਾਲਾਂ ਮਿਕਸ ਕੀਤੀਆਂ, ਉਬਾਲ ਕੇ ਮਸਾਲੇ ਵਗੈਰਾ ਮਿਕਸ ਕਰਨ ਦੇ, ਮੈਂ ਤਾਂ ਪਹਿਲੀ ਦਫਾ ਹੀ ਦੇਖਿਆ ਵਾ, ਕਿਉਂਕਿ ਅੱਗੇ ਨਾ ਮੈਂ ਅਸੀਂ ਕਦੀ ਬਣਾਈਆਂ ਘਰ ਅਤੇ ਨਾ ਕਦੀ ਖਾਧੀਆਂ ਹੀ ਆ। ਅਤੇ ਕਹਿੰਦੇ ਬੜੀਆਂ ਵਾ, ਇਹਨਾਂ ਨੂੰ ਬੜੀਆਂ ਬਣੀਆਂ ਬਣਾਉਣ ਲੱਗੇ ਆ ਘਰ 'ਚ। ਮੈਂ ਬਾਜ਼ਾਰ 'ਚ ਬਣੀਆਂ ਹੋਈਆਂ ਦੇਖੀਆਂ, ਘਰ 'ਚ ਬਣਦੀਆਂ ਪਹਿਲੀ ਵਾਰੀ ਦੇਖਣੀਆਂ ਅੱਜ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਮੇਰੇ ਦੋਸਤੋ, ਮੇਰੀ ਦੁਆ ਵਾਲਾ ਤਾਲਾ ਮੇਰੇ ਸਾਰੇ ਭੈਣ ਭਾਈਆਂ ਨੂੰ ਖੁਸ਼ ਰੱਖੇ, ਸਭ ਬਰਬਾਦ ਰੱਖੇ। ਦੁਆਨਾ ਕਰਾਂਗੇ ਆਪਣੀ ਅੱਜ ਦੀ ਵੀਡੀਓ ਸ਼ੁਰੂ। ਵੀਡੀਓ ਸ਼ੁਰੂ ਕਰਨ ਪਹਿਲਾਂ ਸਾਡੀ ਛੋਟੀ ਜਿਹੀ ਗੁਜ਼ਾਰਿਸ਼ ਆ, ਜਿਸ ਭੈਣ ਭਰਾ ਨੇ ਮੇਰਾ ਚੈਨਲ ਅਦੀਬ ਆਸ ਵਲੋਗ ਮੇਰੇ ਚੈਨਲ ਕੋਲ ਸਬਸਕ੍ਰਾਈਬ ਨਹੀਂ ਕੀਤਾ, ਲਾਜ਼ਮੀ ਮੇਰੇ ਚੈਨਲ ਕੋਲ ਸਬਸਕ੍ਰਾਈਬ ਕਰ ਲਏ, ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰ ਲਏ, ਮੇਰੀ ਹਰ ਨਵੀਂ ਆਉਣ ਵਾਲੀ ਵੀਡੀਓ ਆਪ ਤੱਕ ਬਰ ਵਕਤ ਪਹੁੰਚੀ ਰਹੇਗੀ। ਬਾਕੀ ਭਾਅ ਜੀ, ਅਤੇ ਅੱਜ ਅਸੀਂ ਥ੍ਰੈਸ਼ਰ ਲਾਈ ਕੋਈ ਨਹੀਂ, ਅੱਜ ਨਾ ਕਿਸੇ ਪਾਸੇ ਭਰੀਆਂ ਨਹੀਂ ਉਹਨਾਂ ਦੀ ਇਕੱਠੀਆਂ ਹੋਈਆਂ ਸੀ, ਹੁਣ ਸ਼ਾਮੀ ਪਏ ਇਕੱਠੀਆਂ ਕਰਨ ਡੇ ਸੀਗੇ। ਅਤੇ ਬਾਕੀ ਹੁਣ ਅੱਲਾ ਹਾਫਿਜ਼, ਸਵੇਰੇ 9 ਵਜੇ ਚਲਾ ਦਾਂਗੇ ਮਸ਼ੀਨ, ਫਿਰ ਦੇਖੋ ਕਿੰਨੇ ਕੁ ਦਿਨ ਲੱਗੇ ਰਹਿੰਦੇ ਆ। ਦੁਪਹਿਰ ਦੇ ਤਕਰੀਬਨ 2 ਵਜੇ ਆ, ਬਾਹਰ ਸਾਰੇ ਬੋਲੀ ਜਾਂਦੇ ਸੀ, ਮੈਂ ਰੂਮ ਸੀ ਬੱਚਿਆਂ ਨੂੰ ਲੈ ਕੇ, ਮੈਂ ਕਿਹਾ ਦੇਖਦੀ ਹਾਂ ਬਾਹਰ ਕਿਉਂ ਸਾਰੇ ਬੋਲਦੇ ਆ। ਦੇਖਿਆ ਤਾਂ ਦਾਲਾਂ ਸਾਰੀਆਂ ਉਬਾਲ ਕੇ ਉਸ ਵਿੱਚ ਮਸਾਲੇ ਮਿਕਸ ਕਰਨ ਦਏ ਸੀ। ਮੈਂ ਪੁੱਛਿਆ ਵੀ ਇਹ ਕਿਹੜੀ ਚੀਜ਼ ਬਣਾਉਣ ਲੱਗੀਆਂ, ਕਹਿੰਦੇ ਸੀ ਬੜੀਆਂ ਬਣਾਉਣ ਲੱਗੀਆਂ। ਮੈਂ ਤਾਂ ਜ਼ਿੰਦਗੀ 'ਚ ਪਹਿਲੀ ਵਾਰੀ ਬਣਦੀਆਂ ਵੀ ਦੇਖਣੀਆਂ ਔਰ ਖਾਣੀਆਂ ਵੀ ਆ, ਕਿਉਂਕਿ ਮੈਂ ਤਾਂ ਕਦੀ, ਅਸੀਂ ਤਾਂ ਘਰ ਨਹੀਂ, ਅੰਮੀ ਹੋਣਾਂ ਨੇ ਕਦੀ ਨਹੀਂ ਸੀ ਬਣਾਈਆਂ। ਦੇਖੋ ਬੜੀਆਂ ਬਣ ਗਈਆਂ ਵਾ, ਹੁਣ ਧੁੱਪ 'ਤੇ ਰੱਖੀਆਂ ਇਹਨਾਂ ਨੇ ਸੁਕਾਉਣ ਵਾਸਤੇ। ਕਹਿੰਦੇ ਜਦੋਂ ਇਹ ਸੁੱਕ ਜਾਣਗੀਆਂ ਫਿਰ ਇਹਨਾਂ ਨੂੰ ਫਰਾਈ ਕਰਕੇ ਅਤੇ ਫਿਰ ਪਕਾਵਾਂਗੇ। ਦੇਖੋ ਇਹਨਾਂ ਦਾ ਟੇਸਟ ਕੈਸਾ ਹੁੰਦਾ ਔਰ ਅੱਛਾ ਲੱਗਦਾ ਸਾਲਣ ਜਾਂ ਨਹੀਂ ਲੱਗਦਾ, ਇਹ ਤਾਂ ਅੱਲਾ ਹੀ ਜਾਣਦਾ ਵਾ। ਲੇਕਿਨ ਇਹ ਆ ਕਿ ਬਣਾ ਕੇ ਰੱਖ ਲਈਆਂ ਉਹਨਾਂ ਨੇ, ਮਸਾਲੇ ਵਗੈਰਾ ਤਾਂ ਸਾਰੇ ਹੀ ਡਾਲੇ ਆ ਵਿੱਚ, ਬਾਕੀ ਟੇਸਟ ਦਾ ਪਤਾ ਨਹੀਂ। ਦਾਲਾਂ ਸਾਰੀਆਂ ਸੀਗੀਆਂ, ਚਿਕਨ ਨੂੰ ਨਹੀਂ ਡਾਲਿਆ ਇਹਨਾਂ ਨੇ, ਕਹਿੰਦੇ ਚਿਕਨ ਵਾਲੀਆਂ ਸਾਨੂੰ ਪਸੰਦ ਨਹੀਂ, ਅਸੀਂ ਸਿਰਫ ਦਾਲਾਂ ਵਾਲੀਆਂ ਬਣਾਈ ਦੀਆਂ ਵਾ। ਮੈਂ ਕਿਹਾ ਚਲੋ ਸਹੀ ਆ, ਜਿੱਦਾਂ ਦੀਆਂ ਬਣਾਉਂਗੇ ਠੀਕ ਆ। ਬਾਕੀ ਬੁਲਬੁਲ ਨੇ ਘੋਂਸਲਾ ਬਣਾਇਆ ਸੀਗਾ ਅਤੇ ਅੱਜ ਅਦੀਪ ਦੇ ਬਾਬਾ ਘਰ ਸੀ, ਅਚਾਨਕ ਲੇਟੇ ਹੋਏ ਸੀ ਬੇਲ ਦੇ ਨੀਚੇ, ਅਤੇ ਕਹਿੰਦੇ ਮੈਂ ਤੈਨੂੰ ਇੱਕ ਚੀਜ਼ ਦਿਖਾਵਾਂ। ਮੈਂ ਕਿਹਾ ਦਿਖਾਓ। ਕਹਿੰਦੇ ਆਹ ਦੇਖੋ, ਵਿੱਚ ਨਾ ਚਿੜੀ ਬੁਲਬੁਲ ਨੇ ਨਾ ਅੰਡੇ ਦਿੱਤੇ ਹੋਏ ਆ, ਆਹ ਦੇਖੋ 2 ਅੰਡੇ ਪਏ। ਮੈਂ ਕਿਹਾ ਆਪਣੇ ਭੈਣ ਭਾਈ ਇਹਨਾਂ ਨੂੰ ਸ਼ੇਅਰ ਕਰਦੀ ਹਾਂ। ਬੁਲਬੁਲ ਨੇ ਚਿਲਾਉਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਅਦੀਪ ਦੇ ਬਾਬਾ ਨੇ ਮੋਬਾਈਲ ਨਜ਼ਦੀਕ ਕੀਤਾ ਕੋਈ ਪਤਾ ਨਹੀਂ ਕੀ ਹੋ ਗਿਆ, ਉਹ ਉੜ ਕੇ ਚਲੀ ਗਈ। ਗਹਿਰੀ ਛਾਂ ਆ, ਮਤਲਬ ਸਾਈਡਾਂ 'ਤੇ ਨਾ ਲੱਕੜੀਆਂ ਲੱਕੜੀਆਂ ਹਨ ਜਿੱਥੇ ਉਹਨਾਂ ਨੇ ਘੋਂਸਲਾ ਬਣਾਇਆ ਕਿ ਨਜ਼ਰ ਨਾ ਆਵੇ। ਉਹ ਤਾਂ ਅਦੀਪ ਦੇ ਬਾਬਾ ਲੇਟੇ ਹੋਏ, ਅਚਾਨਕ ਹੀ ਦੇਖਿਆ, ਨਹੀਂ ਤਾਂ ਬਾਕੀ ਸਾਰੇ ਤਾਂ ਰੋਜ਼ ਬੇਲ ਦੇ ਨੀਚੇ ਬੈਠਦੇ ਆ, ਕਿਸੇ ਨੇ ਨਹੀਂ ਦੇਖਿਆ। ਜੇ ਅਦੀਪ ਦੇ ਬਾਬਾ ਨੇ ਦੇਖ ਕੇ ਦੱਸਿਆ ਕਿ ਘੋਂਸਲਾ ਬਣਿਆ ਔਰ ਦੇਖਿਆ ਵਿੱਚ ਤਾਂ ਅੰਡੇ ਸੀ, ਚਿੜੀਆ ਵੀ ਉੱਪਰ ਬੈਠੀ ਹੋਈ ਸੀ। ਅਤੇ ਜਦੋਂ ਅਦੀਪ ਦੇ ਬਾਬਾ ਨਜ਼ਦੀਕ ਹੋਏ ਤਾਂ ਫਿਰ ਚਿੜੀਆ ਉੜ ਗਈ, ਅਤੇ ਫਿਰ ਪੱਤੇ ਹਟਾ ਕੇ ਤਾਂ ਕਹਿੰਦੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿੰਦਾ। ਅੱਜ ਸਾਡੇ ਮਹਿਮਾਨ ਜਾ ਰਹੇ ਆ ਵਾਪਸ, ਕਿਉਂਕਿ ਸਾਡੇ ਨੰਨੇ ਮਹਿਮਾਨ ਦਾ ਇੱਧਰ ਦਿਲ ਨਹੀਂ ਲੱਗਿਆ, ਜਿਹੜੇ 6-7 ਦਿਨ ਗੁਜ਼ਾਰੇ ਆ ਬੜੀ ਮੁਸ਼ਕਿਲ ਦੇ ਨਾਲ ਗੁਜ਼ਾਰੇ ਆ। ਉਹ ਵੀ ਬਾਹਰ ਪਤਾ ਨਹੀਂ ਕਿੰਨੇ ਚੱਕਰ ਲਗਾਉਣੇ ਪੈਂਦੇ ਸੀ, ਉਹ ਆਦੀ ਆ ਬਾਹਰ ਦਿਹਾਤੀ ਮਾਹੌਲ ਦੇ ਵਿੱਚ ਰਹਿੰਦੇ ਆ ਨਾ, ਮੁਰੱਬੇ ਰਹਿੰਦੇ ਆ ਡੇਰੇ 'ਤੇ, ਤਾਂ ਉੱਥੇ ਜਾਨਵਰ ਵਗੈਰਾ ਹੁੰਦੇ, ਬੱਕਰੀਆਂ ਜਾਂ ਗਾਵਾਂ ਵਗੈਰਾ, ਤਾਂ ਉਹ ਦੇਖ ਕੇ ਨਾ ਰਾਜ਼ੀ ਹੋ ਜਾਂਦਾ, ਖੁਸ਼ ਹੋ ਜਾਂਦਾ, ਉਹਨੂੰ ਆਦਤ ਹੋਈ ਸੀ ਇੱਦਾਂ ਦੀਆਂ ਚੀਜ਼ਾਂ। ਇੱਥੇ ਹੁਣ ਗਲੀ ਦੇ ਵਿੱਚ ਤਾਂ ਕਿਸੇ ਦੀਆਂ ਹੈ ਨਹੀਂ, ਤਾਂ ਇਸ ਕਰਕੇ ਨਾ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ। ਜਦੋਂ ਬਾਹਰ ਲੈ ਕੇ ਆਓ ਤਾਂ ਖੁਸ਼ ਹੋ ਜਾਂਦਾ ਸੀ, ਜਦੋਂ ਘਰ ਲੈ ਕੇ ਜਾਓ ਤਾਂ ਰੋਣਾ ਸ਼ੁਰੂ ਕਰ ਲੈਂਦਾ ਸੀ। ਫਿਰ ਨਾਨੀ ਇਹਦੀ ਕਾਫੀ ਦਫਾ ਬਾਹਰ ਲੈ ਕੇ ਜਾਂਦੇ ਸੀ ਤਾਂ ਫਿਰ ਥੋੜ੍ਹਾ ਬਹੁਤ ਰਾਜ਼ੀ ਹੁੰਦਾ ਸੀ, ਜਦੋਂ ਘਰ ਲੈ ਕੇ ਆਓ ਤਾਂ ਪਰੇਸ਼ਾਨ ਹੋ ਜਾਂਦਾ ਸੀ ਕਿ ਫਿਰ ਘਰ ਲੈ ਕੇ ਆ ਗਏ, ਕਿਉਂਕਿ ਉੱਥੇ ਆਦਤ ਹੋਈ ਸੀ, ਕਦੀ ਦਾਦੀ, ਕਦੀ ਫੁੱਫੋ, ਕਦੀ ਦਾਦਾ, ਕਦੀ ਚਾਚੂ, ਕਦੀ ਇਹਦੇ ਬਾਬਾ, ਕਦੀ ਮੇਰੀ ਨਣਦ ਆਪ ਵੀ ਬਾਹਰ ਚਲੀ ਜਾਂਦੀ ਸੀ ਬੱਚੇ ਨੂੰ ਲੈ ਕੇ, ਤਾਂ ਉਹ ਫਿਰ ਆਦਤ ਹੋ ਗਈ ਇਹਨੂੰ ਬਾਹਰ ਦਿਹਾਤੀ ਮਾਹੌਲ 'ਚ ਰਹਿਣ ਦੀ, ਅਤੇ ਉਹ ਫਿਰ ਇੱਥੇ ਆਣ ਕੇ ਨਾ ਘਰ 'ਚ ਬੰਦ ਰਹਿ ਕੇ ਤਾਂ ਪਰੇਸ਼ਾਨ ਹੋਣ ਲੱਗ ਪਿਆ ਸੀ ਬੱਚਾ। ਅਦੀਪ ਅਤੇ ਅਨਾਵੀਆ ਵੀ ਬਾਹਰ ਆ ਕੇ ਬੈਠ ਗਏ ਆ, ਤਾਂ ਅੰਮੀ ਹੁਣ ਕਹਿੰਦੀ ਮੈਂ ਚੱਲੀ ਘਰ, ਮੈਂ ਥੱਕ ਗਈ ਹਾਂ ਖੜ੍ਹੀ ਹੋ ਕੇ। ਅੰਮੀ ਨੇ ਹੁਣ ਜਦੋਂ ਘਰ ਦਾ ਨਾਂ ਲਿਆ ਤਾਂ ਦਿਲੋਂ ਮਾਸ਼ਾਅੱਲਾ ਉਹਨੂੰ ਸਮਝ ਲੱਗਦੀ, ਤਾਂ ਉਹਨੇ ਨਾਲ ਹੀ ਰੋਣਾ ਸ਼ੁਰੂ ਕਰ ਦਿੱਤਾ ਵੀ ਨਾਨੀ ਫਿਰ ਘਰ ਚੱਲੀ ਆ।
ਮੇਰੀ ਤਬੀਅਤ ਪਹਿਲਾਂ ਹੀ ਕੱਲ੍ਹ ਦੀ ਖਰਾਬ ਹੋਈ ਹੈ ਅਤੇ ਫਿਰ ਇੰਨੀ ਦੇਰ ਖੜ੍ਹੇ ਹੋਣਾ ਵੀ ਮੁਸ਼ਕਿਲ ਆ। ਅਤੇ ਆ ਦੇਖੋ ਹੁਣ ਆਣ ਕੇ ਤਾਂ ਬੋਲਣ ਲੱਗ ਪਏ, ਕਹਿੰਦੇ ਤੁਸੀਂ ਨਿਆਣਿਆਂ ਨੂੰ ਚੰਗੀ ਆਦਤ ਪਾ ਕੇ ਰੱਖੀ ਹੈ ਵੀ ਬਾਹਰ ਹੋਵੇ ਤਾਂ ਬੱਚਾ ਖੁਸ਼ ਹੈ, ਘਰ ਆ ਜਾਓ ਤਾਂ ਤੰਗ ਕਰਨ ਲੱਗ ਪੈਂਦਾ ਵਾ। ਮੇਰੇ ਬੱਚਿਆਂ ਦੀ ਰੂਟੀਨ ਨਹੀਂ ਚੇਂਜ ਹੁੰਦੀ ਕਿਉਂਕਿ ਨਾਨੇ ਘਰ ਵੀ ਇੱਦਾਂ ਦਾ ਹੀ ਮਾਹੌਲ ਆ ਵੀ ਘਰੋਂ ਬਾਹਰ ਨਹੀਂ ਜਾਣਾ, ਵੀ ਗਏ ਵੀ ਤਾਂ 2 ਮਿੰਟ ਦੁਕਾਨ 'ਤੇ ਗਏ ਤਾਂ ਵਾਪਸ, ਇੱਥੇ ਵੀ ਆਪਣੇ ਬਾਬਾ ਨਾਲ 2 ਮਿੰਟ ਦੁਕਾਨ 'ਤੇ ਜਾਣਾ ਜਾਂ ਗਲੀ ਵਿੱਚ 2 ਮਿੰਟ ਰੁਕੇ ਅਤੇ ਘਰ ਆ ਜਾਣਾ। ਮੇਰੇ ਭੈਣ ਭਾਈ ਆ ਗਏ, ਛੋਟੀ ਜਿਹੀ ਰਿਕੁਐਸਟ ਆ, ਸਾਰੇ ਭੈਣ ਭਾਈ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ, ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ, ਤੁਹਾਡੀ ਬੜੀ ਬੜੀ ਮਿਹਰਬਾਨੀ, ਤੁਹਾਡੀ ਸਪੋਰਟ ਦੀ ਮੈਨੂੰ ਜ਼ਰੂਰਤ ਆ। ਇਸ ਦੇ ਨਾਲ ਹੀ ਕਰਾਂਗੇ ਅੱਜ ਦੀ ਵੀਡੀਓ ਦਾ ਐਂਡ, ਅੱਲਾ ਹਾਫਿਜ਼। ਸੁਬਹ ਨਵੀਂ ਵੀਡੀਓ ਕੇ ਸਾਥ ਜ਼ਰੂਰ ਮਿਲਾਂਗੇ। ਆਪਣਾ ਔਰ ਆਪਣੇ ਬੱਚਿਆਂ ਦਾ ਜ਼ਿਆਦਾ ਤੋਂ ਜ਼ਿਆਦਾ ਖਿਆਲ ਰੱਖਣਾ।